इस वेले किसानां नाल जुड़ी हुई वड्डी खबर सामने आ रही है जिथे केंद्रीय मंत्री दे विरोध दौरान किसानां ते चढ़ी कार तन मरे अते अनेका किसान जख्मी। किसानां वालों देश भर विच भाजपा मंत्रियों विधायकों अते होर नेतावां दे विरोध करन लई चलाई जा रही मुहिम अज उस वेले खतरनाक रूप धारण गई जदों केंद्रीय मंत्री अजय मिश्रा दा घराओ अते विरोध करन गए किसानां उपर अजय मिश्रा दे पुत्र अभिषेक ने कार चढ़ा दित्ती। इस दौरान तीन किसानां दे मरे जाण अते अनेका ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਤੋਂ ਬਾਅਦ ਕਿਸਾਨਾਂ ਅਤੇ ਸਰਕਾਰ ਵਿਚਾਲੇ ਤਣਾਅ ਖਤਰਨਾਕ ਹੋ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਸੰਬੰਧੀ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮਾਮਲਿਆਂ ਦੇ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਕਾਫਲੇ ਦੇ ਵਿਰੋਧ ਵਿੱਚ ਸੜਕਾਂ 'ਤੇ ਕਾਲੇ ਝੰਡੇ ਲੈ ਕੇ ਖੜ੍ਹੇ ਕਿਸਾਨਾਂ ਨੂੰ ਉਸ ਸਮੇਂ ਕੇਂਦਰੀ ਮੰਤਰੀ ਦੇ ਪੁੱਤਰ ਨੇ ਲਾਈਨਾਂ ਵਿੱਚ ਖੜ੍ਹੇ ਕਿਸਾਨ ਆਪਣੀ ਕਾਰ ਕਿਸਾਨਾਂ ਉੱਪਰ ਚੜ੍ਹਾ ਦਿੱਤੀ। ਇਸ ਮਗਰੋਂ ਗੁੱਸੇ 'ਚ ਆਏ ਕਿਸਾਨਾਂ ਨੇ ਅਭਿਸ਼ੇਕ ਦੀ ਗੱਡੀ ਸਮੇਤ ਦੋ ਗੱਡੀਆਂ ਨੂੰ ਅੱਗ ਦੇ ਹਵਾਲੇ ਵੀ ਕਰ ਦਿੱਤਾ ਅਤੇ ਭਾਰੀ ਹੰਗਾਮਾ ਕੀਤਾ ਗਿਆ। ਇਸ ਘਟਨਾ ਵਿੱਚ ਘੱਟੋ ਘੱਟ 3 ਕਿਸਾਨਾਂ ਦੀ ਮੌਤ ਅਤੇ SKM ਆਗੂ ਤਜਿੰਦਰ ਸਿੰਘ ਵਿਰਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਦੌਰਾਨ ਹਿੱਸੇ ਵਜੋਂ ਅੱਜ ਸਵੇਰੇ ਤੋਂ ਹੀ ਕਿਸਾਨਾਂ ਵਿੱਚ ਪਿੰਡ ਟਿੱਕਣੀਆਂ ਵਿੱਚ ਹੈਲੀਪੈਡ ਉੱਤੇ ਕਬਜ਼ਾ ਕਰ ਲਿਆ ਸੀ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਦੇ ਲਖਮੀਰਪੁਰ ਖੇੜੀ ਦੇ ਟਿਕਣੀਆਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜ ਮੰਤਰੀ ਅਤੇ ਅਜੇ ਮਿਸ਼ਰਾ ਟੈਨੀ ਦੇ ਪਿੰਡ ਬਨਵੀਰ ਪਹੁੰਚਣ ਦੀ ਖਬਰ ਅਤੇ ਐਤਵਾਰ ਹਜ਼ਾਰਾਂ ਕਿਸਾਨਾਂ ਨੇ ਟਿਕਣੀਆਂ ਵੱਲੋਂ ਮਾਰਚ ਕੀਤਾ ਅਤੇ ਮਹਾਰਾਜਾ ਅਗਰਸੈਨ ਖੇਡ ਮੈਦਾਨ ਵਿੱਚ ਹੈਲੀਪੈਡ ਵਾਲੀ ਜਗ੍ਹਾ 'ਤੇ ਕਬਜ਼ਾ ਕਰ ਲਿਆ ਜਿੱਥੇ ਉਪ ਮੁੱਖ ਮੰਤਰੀ ਹੈਲੀਕਾਪਟਰ ਉਤਰਨ ਵਾਲਾ ਸੀ। ਪਰ ਅੱਜ ਹੀ ਐਤਵਾਰ ਸਵੇਰੇ ਦੇ ਵਿਰੋਧ ਵਿੱਚ ਭੜਕਣ ਅਤੇ ਉਪ ਮੁੱਖ ਮੰਤਰੀ ਪ੍ਰੋਗਰਾਮ ਬਦਲ ਗਿਆ ਅਤੇ ਉਹ ਸਵੇਰੇ 9:30 ਵਜੇ ਲਖਨਊ ਤੋਂ ਸੜਕ ਰਾਹੀਂ ਦੁਪਹਿਰ 12 ਵਜੇ ਲਖਮੀਰਪੁਰ ਪਹੁੰਚੇ। ਦੂਜੇ ਪਾਸੇ ਟਿਕਣੀਆਂ ਵਿੱਚ ਗੁੱਸੇ ਵਿੱਚ ਆਏ ਕਿਸਾਨਾਂ ਨੇ ਉਪ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਹੌਰੀ ਡਿਕਸ ਨੂੰ ਉਖਾੜ ਕੇ ਰੱਖ ਦਿੱਤਾ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਦਾ ਐਤਵਾਰ ਦੁਪਹਿਰ 2 ਵਜੇ ਟਿਕਣੀਆਂ ਵਿੱਚ ਹੈਲੀਕਾਪਟਰ ਉਤਰਨਾ ਸੀ, ਪਰ ਐਤਵਾਰ ਦੀ ਸਵੇਰ ਨੂੰ ਹੀ ਪਾਲਿਆਂ ਭੀਰਾਂ ਬੀਜੂਆਂ ਖਜੂਰੀਆਂ ਅਤੇ ਸੰਪਰ ਨੂੰ ਅਗਰ ਵਰਗੇ ਸਥਾਨਾਂ ਤੋਂ ਹਜ਼ਾਰਾਂ ਕਿਸਾਨਾਂ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਟਿਕਣੀਆਂ ਪਹੁੰਚੇ ਅਤੇ ਮਹਾਰਾਜਾ ਅਗਰਸੈਨ ਦੇ ਖੇਡ ਮੈਦਾਨ ਉੱਤੇ ਕਬਜ਼ਾ ਕਰ ਲਿਆ। ਇੱਥੇ ਉਪ ਮੁੱਖ ਮੰਤਰੀ ਦਾ ਹੈਲੀਪੈਡ ਵੀ ਉਤਰ ਨਹੀਂ ਦਿੱਤਾ ਗਿਆ।